ਹਲੋ ਦੋਸਤੋ ਲਾਸਟ ਲੈਕਚਰਸ ਦੇ ਵਿੱਚ ਆਪਾਂ AP ਬਾਰੇ ਡਿਟੇਲਸ ਗੱਲ ਕੀਤੀ ਸੀ ਉਸ ਦੇ ਆਮ ਪਦ ਬਾਰੇ ਗੱਲ ਕੀਤੀ ਸੀ ਕਿ ਲੜੀ ਆਪਾਂ ਨੂੰ ਦਿੱਤੀ ਹੋਈ ਹੈ ਆਪਾਂ ਇੱਕ ਪਾਰਟਿਕੂਲਰ ਰਕਮ ਪਤਾ ਕਰਨੀ ਹੈ 15ਵੀਂ 18ਵੀਂ 20ਵੀਂ ਜਾਂ 25ਵੀਂ ਉਸ ਤੋਂ ਬਾਅਦ ਆਪਾਂ ਇੱਕ ਅਜਿਹੇ ਕੁਐਸਚਨਸ ਦੀ ਗੱਲ ਕੀਤੀ ਸੀ ਜਿੱਥੇ AP ਦਿੱਤੀ ਹੋਈ ਹੈ ਲਾਸਟ ਟਰਮ ਆਪਾਂ ਨੂੰ ਦਿੱਤੀ ਹੋਈ ਹੈ ਉਥੇ ਕਿੰਨੀਆਂ ਰਕਮਾਂ ਨੇ ਕਿੰਨੇ ਪਦ ਉਸ ਦੇ ਵਿੱਚ ਨੇ ਆਪਾਂ ਉਹਨਾਂ ਕੁਐਸਚਨਸ ਦੀ ਗੱਲ ਕੀਤੀ ਸੀ ਅੱਜ ਉਸੇ ਕਨਸੈਪਟ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਅੱਗੇ ਡਿਟੇਲਸ ਚੱਲਦੇ ਹਾਂ क्वेश्चंस की है एपी पता करो जिस दा तीसरा पद अतः छेवा पद सतारा है देखो क्वेश्चंस की देता कहते एपी पता करनी है केडी एपी ਆਪਾਂ ਨੂੰ ਹੁਣ ਮੇ ਪਦ ਦਿੱਤੇ ਹੁਣ ਤੱਕ ਦੇਖੋ ਆਪਾਂ ਜਿੰਮੀਆਂ ਵੀ ਗੱਲਾਂ ਕੀਤੀਆਂ ਸੀ ਜਿੰਨੇ ਵੀ ਕੁਐਸਚਨਸ ਕੀਤੇ ਸੀ ਉੱਥੇ ਆਪਾਂ ਨੂੰ ਏਪੀ ਦਿੱਤੀ ਹੋਈ ਸੀ ਆਪਾਂ ਕੋਈ ਪਾਰਟਿਕੂਲਰ ਪਦ ਪਤਾ ਕਰਨਾ ਸੀ ਲੇਕਿਨ ਉਲਟਾ ਆ ਗਿਆ ਇੱਥੇ ਦੋ ਪਦ ਆਪਾਂ ਨੂੰ ਦਿੱਤੇ ਆਪਾਂ ਏਪੀ ਪਤਾ ਕਰਨੀ ਹੈ ਠੀਕ ਹੋ ਗਿਆ ਨਾ ਕਰਾਂਗੇ ਕਿਵੇਂ ਹੱਲ ਤੀਸਰਾ ਪਦ 8 ਦਿੱਤਾ ਹੋਇਆ 6ਵਾਂ ਪਦ 17 ਦਿੱਤਾ ਹੋਇਆ ਸੌਖਾ ਬਣਾਉਣ ਦੇ ਲਈ ਕੀ ਕਰਾਂਗੇ ਵੱਡੀ ਰਕਮ ਨੂੰ ਆਪਾਂ ਪਹਿਲਾਂ ਲਿਖ ਲਾਂਗੇ 6ਵੇਂ ਪਦ ਦਾ ਮਤਲਬ ਕੀ ਹੋ ਗਿਆ a 5d ਇਹ ਫਾਰਮੂਲਾ ਸੀ ਨਾ ਕਿਹਦੇ ਬਰਾਬਰ ਆ ਗਿਆ 17 ਦੇ ਤੀਸਰੇ ਦਾ ਕੀ ਹੋ ਗਿਆ a 2d ਕਿਹਦੇ ਬਰਾਬਰ ਆ ਗਿਆ 8 ਫਰਕ ਕੋਈ ਨਹੀਂ ਪੈਂਦਾ ਚਾਹੇ ਪਹਿਲਾਂ ਆ ਲਿਖ ਲੋ ਚਾਹੇ ਪਹਿਲਾਂ ਆ ਲਿਖ ਲੋ ਇੱਥੇ ਕੀ ਕਰਾਂਗੇ ਘਟਾਵਾਂਗੇ ਘਟਾਉਣ ਤੇ ਜਦੋਂ ਆਪਾਂ ਘਟਾਣੇ ਆ ਤਾਂ ਜਿਹੜੇ ਦੂਜੀ ਸਮੀਕਰਨ ਹੈ ਦੂਜੀ ਸਮੀਕਰਨ ਦੇ ਨਿਸ਼ਾਨ ਬਦਲ ਜਾਂਦੇ ਆ ਤਾਂ ਹੁਣ ਇੱਥੇ ਆਪਾਂ ਕੀ ਕਰਾਂਗੇ ਆਪਾਂ ਦੂਸਰੀ ਸਮੀਕਰਨ ਦੇ ਨਿਸ਼ਾਨ ਬਦਲਾਂਗੇ ਇੱਥੇ ਪਲੱਸ ਹੈ ਕਾਹਦਾ ਹੋ ਗਿਆ ਮਾਈਨਸ ਆ ਪਲੱਸ ਦਾ ਹੈ ਕਾਹਦਾ ਹੋ ਗਿਆ ਮਾਈਨਸ ਆ ਪਲੱਸ ਦਾ ਹੈ ਕਾਦਾ ਹੋ ਗਿਆ ਮਾਈਨਸ ਨਿਸ਼ਾਨ ਬਦਲਤੇ ਹੁਣ ਆਪਾਂ ਇਹਨੂੰ ਹੱਲ ਕਰਾਂਗੇ a+a ਮਾਈਨਸ ਕੱਟ ਗਿਆ ਇਸ ਨਿਸ਼ਾਨ ਦੀ ਜ਼ਰੂਰਤ ਨਹੀਂ ਕਿਉਂਕਿ ਨਿਸ਼ਾਨ ਬਦਲ ਗਿਆ d ਓਮੇ ਦਾ ਓਮੇ +5 2 3 17 8 9 ਤਾਂ d ਕਿਹਦੇ ਬਰਾਬਰ ਆ ਗਿਆ 9 ਕਿਉਂਕਿ ਪਲੱਸ ਦਾ ਨਿਸ਼ਾਨ ਹੈ 9 3 ਤਾਂ ਇੱਥੋਂ ਤੱਕ ਆਪਣੀ ਇੱਕ ਕੀਮਤ ਨਿਕਲ ਗਈ ਹੁਣ ਆਹਾ ਕੀਮਤ ਆਪਣੇ ਕੋਲੇ ਉਹਦੇ ਦੋ ਸਮੀਕਰਨਾਂ ਨੇ 1 ਤੇ 2 ਕਿਸੇ ਵੀ ਇੱਕ ਚ ਭਰ ਦੋ ਚਾਹੇ ਪਹਿਲੇ ਚ ਭਰ ਦੋ ਚਾਹੇ ਦੂਜੇ ਚ ਕਿਉਂਕਿ ਏਪੀ ਦੇ ਵਿੱਚ ਆਪਣਾ ਟਾਰਗੇਟ ਦੋ ਰਕਮਾਂ ਤੇ ਹੈ ਏ ਤੇ ਡੀ ਤੇ ਪਹਿਲੀ ਰਕਮ ਤੇ ਅੰਤਰ ਤੇ ਅਗਰ ਆਪਾਂ ਨੂੰ ਪਹਿਲੀ ਰਕਮ ਤੇ ਅੰਤਰ ਪਤਾ ਹੈ ਤਾਂ ਆਪਾਂ ਆਸਾਨੀ ਨਾਲ ਏਪੀ ਪਤਾ ਕਰ ਸਕਦੇ ਹਾਂ ਤਾਂ ਡੀ ਆਪਣੇ ਕੋਲੇ ਆ ਗਈ ਡੀ ਆਪਣੇ ਕੋਲੇ ਆ ਚੁੱਕੀ ਹੈ ਆਪਾਂ ਏ ਕੱਢਣੀ ਹੈ ਤਾਂ ਕਿਸੇ ਵੀ ਇੱਕ ਸਮੀਕਰਨ ਚ ਭਰ ਦੋ ਅਪਸ ਸਮੀਕਰਨ ਇੱਕ ਵਿੱਚ ਡੀ ਦੀ ਕੀਮਤ ਭਰ ਰਿਹਾ ਤੁਸੀਂ ਇੱਥੇ ਦੋ ਚ ਵੀ ਭਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਉਹਨਾਂ ਕੋਈ ਫਰਕ ਨਹੀਂ ਪੈਂਦਾ ਤਾਂ ਹੁਣ ਸਮੀਕਰਨ ਇੱਕ ਦੇਖੋ a 5d 17 d 3 ਆ ਰਿਹਾ ਤਾਂ ਉਹਰੇ d ਦੀ ਕੀਮਤ ਭਰੀ ਕੀਮਤ ਜਦੋਂ ਭਰਨੀ ਆ ਬ੍ਰੈਕਟ ਚ ਲਿਖਣਾ ਤਾਂ ਇਹਦਾ ਮਤਲਬ ਹੁਣ a ਕੀ ਹੋਗੀ ਗੁਣਾ 5t 15 15 ਪਲੱਸ ਦਾ ਸੱਜੇ ਪਾਸੇ ਗਿਆ ਕਾਹਦਾ ਹੋ ਗਿਆ ਮਾਈਨਸ ਦਾ 17 ਚੋਂ 15 ਘਟਾਏ 2 ਤਾਂ a ਕਿੰਨਾ ਆ ਗਿਆ 2 ਦੇਖੋ a ਆ ਗਿਆ d ਆ ਗਿਆ ਤਾਂ ap ਕੀ ਸੀ a 2 ਪਹਿਲੀ ਰਕਮ ਪਹਿਲੀ ਰਕਮ ਦੇ ਵਿੱਚ ਅੰਤਰ ਜੋੜਤਾ 5 ਅਗਲੀ ਰਕਮ ਦੇ ਵਿੱਚ ਫੇਰ ਅੰਤਰ ਜੋੜਤਾ 800 ਓਨ ਤਾਂ AP ਬਣ ਗਈ 2 5 8 11 14 ਇਹ ਚੀਜ਼ ਆਪਣੀ ਹੋ ਗਈ ਤਾਂ ਇਸ ਤਰ੍ਹਾਂ ਦੇ ਆਪਾਂ ਕੁਸ਼ਨਾ ਤੇ ਗੱਲ ਕਰਨੀ ਹੈ ਜਿੱਥੇ ਆਪਾਂ ਨੂੰ ਦੋ ਪਾਰਟਿਕੂਲਰ ਪਦ ਦਿੱਤੇ ਹੋਏ ਨੇ ਹੋਰ ਉਦਾਹਰਨਾਂ ਆਪਾਂ ਲੈ ਕੇ ਚੱਲਦੇ ਹਾਂ ਬੜੇ ਇੰਪੋਰਟੈਂਟ ਕੁਸ਼ਨ ਇਹ ਕੁਸ਼ਨ ਕੀ ਕਹਿੰਦਾ ਹੈ AP ਪਤਾ ਕਰੋ ਜਿਸ ਦਾ ਪੰਜਵਾਂ ਪਦ 13 ਅਤੇ ਨੌਵਾਂ ਪਦ 33 ਹੈ 33 ਹੈ ਹੱਲ ਪੰਜਵਾਂ ਪਦ 13 ਨੌਵਾਂ ਪਦ ਤਿੱਤੀ ਆ ਦੋ ਆਪਾਂ ਦਿੱਤੇ ਹੋਏ ਨੇ ਦੋ ਦੇਣਗੇ ਦੇਣਗੇ ਤੁਹਾਨੂੰ ਪਹਿਲਾ ਵੱਡਾ ਨੌਵਾਂ 9 ਹੁੰਦਾ ਏ ਪਲੱਸ 8ਡੀ ਪੰਜਵਾਂ ਏ ਪਲੱਸ 4ਡੀ ਹੈਨਾ ਕੀ ਕਰਾਂਗੇ ਘਟਾਵਾਂਗੇ ਤੇ ਜਦੋਂ ਘਟਾਵਾਂਗੇ ਕੀ ਹੋਣਾ ਦੂਸਰੀ ਸਮਿਕਰਣ ਦੇ ਨਿਸ਼ਾਨ ਬਦਲ ਜਾਣਗੇ ਹੈਨਾ a ਪਲਸ ਦਾ ਮਾਈਨਸ a ਪਲਸ ਦਾ ਮਾਈਨਸ a ਪਲਸ ਦਾ ਮਾਈਨਸ ਆ ਕੱਟ ਗਿਆ ਹੁਣ ਇਹਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ d ਓਮੇ ਦਾ ਓਮੇ 8 4 4 33 13 20 0 ਖਤਮ ਤਾਂ d 20 4 ਤਾਂ d ਕਿੰਨਾ ਆ ਗਿਆ 5 ਆ ਗਿਆ d 5 ਆ ਗਿਆ ਫਿਰ ਕੀ ਕਰਾਂਗੇ ਆਪਾਂ ਇੱਕ ਸਮੀਕਰਨ ਦੀ ਕੀਮਤ ਭਰ ਦਾਂਗੇ ਚਾਹੇ ਪਹਿਲੇ 'ਚ ਭਰ ਦੋ ਚਾਹੇ ਦੂਸਰੇ 'ਚ ਸਮੀਕਰਨ ਇੱਕ ਵਿੱਚ ਭਰਨ ਤੇ ਤਾਂ ਸਮੀਕਰਨ ਪਹਿਲੀ a 8d 33 ਹੈ ਨਾ ਆਪਣੇ ਕੋਲ ਕੀ ਦੀ ਕੀਮਤ ਹੈ d ਦੀ d ਕਿੰਨਾ ਹੈ 5 ਕੀਮਤ ਨੂੰ ਬ੍ਰੈਕਟਸ ਲਿਖਿਆ 85 40 40 ਇੱਧਰ ਜਾ ਕੇ ਕਾਹਦਾ ਹੋਇਆ ਮਾਈਨਸ ਦਾ ਹੁਣ ਦੋਨੋਂ ਨਿਸ਼ਾਨ ਅਲੱਗ-alag ਆ ਘਟਾ ਹੋ ਗਿਆ ਜੋ ਵੱਡੀ ਸੰਖਿਆ ਹੈ ਉਹਦੇ ਅਗਲਾ ਨਿਸ਼ਾਨ ਆ ਗਿਆ ਤਾਂ a ਆਪਣੇ ਕੋਲ ਕਿੰਨਾ ਆ ਗਿਆ -7 a -7 ਆ ਗਿਆ d ਕਿੰਨਾ ਹੈ 5 ਤਾਂ ap ਬਣ ਗਈ a ਪਹਿਲੀ ਰਕਮ ਅੰਤਰ ਜੋੜਿਆ ਦੋਹਾਂ ਦਾ ਘਟਾਓ ਹੋ ਜੋ ਨਿਸ਼ਾਨ ਵੱਡੀ ਸੰਖਿਆ ਦਾ ਫੇਰ ਅੰਤਰ ਜੋੜਿਆ ਦੋਹਾਂ ਦਾ ਘਟਾਓ ਹੋ ਜੋ ਨਿਸ਼ਾਨ ਵੱਡੀ ਸੰਖਿਆ ਦਾ ਅਪ ਟੂ 100 ਤਾਂ ਏਪੀ ਬਣ ਗਈ -7 -2 3 ਤਾਂ ਇਸ ਤਰੀਕੇ ਦੇ ਨਾਲ ਆਪਣੇ ਕੋਲੇ ਏਪੀ ਬਣਦੀ ਆ ਤਾਂ ਜੋ ਇਹ ਕੁਐਸਚਨਸ ਨੇ ਬੜੇ ਧਿਆਨ ਰੱਖਣਾ ਕਿਉਂਕਿ ਮੇਰੀ ਕੋਸ਼ਿਸ਼ ਹੈ ਮੈਂ ਤੇ ਇੱਕ ਦੋ ਐਗਜ਼ਾਮਪਲ ਹਾਲੇ ਹੋਰ ਲੈ ਕੇ ਚੱਲੂੰਗਾ ਇਸ ਟੌਪਿਕ ਨੂੰ ਥੋੜਾ ਜਿਹਾ ਹੋਰ ਕਲੀਅਰ ਕਰਨ ਦੇ ਲਈ ਏਪੀ ਪਤਾ ਕਰੋ ਜਿਸ ਦਾ 10ਵਾਂ ਪਦ 5 ਅਤੇ 16ਵਾਂ ਪਦ 29 ਹੈ 10ਵਾਂ ਪਦ 5 ਅਤੇ 16ਵਾਂ ਪਦ 29 ਹੈ ਕਿ ਕਿ ਦਿੱਤਾ ਹੈ ਆਪਾਂ ਨੂੰ ਇੱਕ ਤਾਂ 10ਵਾਂ ਪਦ ਦਿੱਤਾ 10ਵਾਂ ਪਦ 5 16ਵਾਂ ਪਦ 29 ਆਪਾਂ ਨੂੰ ਆ ਦੋ ਦੇ ਦਿੱਤੇ ਹੈ ਨਾ ਹੁਣ ਆਪਾਂ ਕੀਮਤਾ ਭਰਾਂਗੇ 16ਵਾਂ a 15d 10ਵਾਂ a 9d ਕੀ ਕਰਾਂਗੇ ਇੱਥੇ ਘਟਾਵਾਂਗੇ yes ਤੇ ਜਦੋਂ ਘਟਾਣੇ ਆ ਕੀ ਹੋਣਾ ਜੋ ਦੂਜੀ ਸਮੀਕਰਨ ਹੈ ਉਸ ਦੇ ਜਿਹੜੇ ਨਿਸ਼ਾਨ ਹੈ ਉਹ ਕੀ ਹੋ ਜਾਣਗੇ ਬਦਲ ਜਾਣਗੇ ਪਲੱਸ ਮਾਈਨਸ ਦਾ ਪਲੱਸ ਦਾ ਮਾਈਨਸ ਪਲੱਸ ਮਾਈਨਸ ਆ ਕੱਟ ਗਿਆ 15 ਚੋਂ 9 ਘਟਾਇਆ 6 ਡੀਓਮੇ ਦਾਓ ਮੇ 29 ਚੋਂ 5 ਘਟਾਇਆ 24 ਤਾਂ ਡੀ ਆ ਗਿਆ 24 ਵਟਾ 6 6 1 6 6 4 24 ਕਿਸੇ ਵੀ ਇੱਕ ਸਮੀਕਰਨ ਚ ਭਰ ਦੋ ਮੈਂ ਇੱਥੇ ਦੂਜੇ ਚ ਭਰ ਰਿਹਾ ਜਵਾਬ ਆ ਰਿਹਾ ਦੂਸਰੀ ਲੈ ਕੇ ਚੱਲਿਆ ਨੰਬਰ ਤਾਂ ਆਪਾਂ ਇੱਕ ਹੀ ਦਿੱਤਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਫਰਕ ਕੋਈ ਨਹੀਂ ਪੈਂਦਾ ਹੁਣ ਸਮੀਕਰਨ ਇੱਕ ਜਿਹਨੂੰ ਵੀ ਆਪਾਂ ਦਿੱਤਾ ਉਹਦੇ ਵਿੱਚ ਆਪਾਂ ਕੀਮਤ ਭਰਨੀ ਹੈ ਸਮੀਕਰਨ ਇੱਕ ਕੀ ਹੋਗੀ a 9d 5 d ਆ ਗਿਆ 4 a plus 9 4 बराबर है पांच नौ चौका छत्ती ए प्लस द इधर जाके कहदा हो गया माइनस का पं माइनस छत्ती कि बराबर आ गया माइनस दे ता ए दी कीमत आ गई माइनस कती डी की कीमत आ गई चार तो ए पी की बन गई ए पहली रकम पहली रकम दे अंतर केड़िया माइनस सताई फिर अंतर जोड़िया -23 ਤਾਂ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਇਹਨੂੰ ਹੱਲ ਕਰਾਂਗੇ ਆਪਣੇ ਕੋਲੇ AP ਬਣ ਚਾਣੀ ਹੈ ਤਾਂ ਇਹ ਕੁਐਸਚਨ ਸੀ ਦੇਖੋ AP ਦੇ ਹੁਣ ਜਿਹੜੇ ਆਪਾਂ ਅਗਲੇ ਕੁਐਸਚਨਾਂ ਤੇ ਗੱਲ ਕਰਾਂਗੇ ਉਸ ਦੇ ਵਿੱਚ ਸਿਰਫ ਇੱਕ ਚੇਂਜ ਆਊਗਾ ਕੀ ਆਊਗਾ ਇਹਦੀ ਜਗ੍ਹਾ ਤੇ ਕੋਈ ਪਦ ਕਹਿ ਦਣਗੇ ਕਿਵੇਂ ਕੁਐਸਚਨ ਮੈਂ ਦੱਸ ਰਿਹਾ ਆਪਾਂ ਜਿਹੜੇ ਗੱਲ ਕਰਾਂਗੇ ਦੋ ਪਰਟੀਕੂਲਰ ਪਦ ਦੇ ਦਣਗੇ ਮੰਨ ਲਓ 10ਵਾਂ ਤੇ 16ਵਾਂ ਦਿੱਤਾ ਉਹ ਕੀ ਕਹਿਣਗੇ 25ਵਾਂ ਪਤਾ ਕਰੋ ਠੀਕ ਹੈ ਨਾ AP ਦੀ ਜਗ੍ਹਾ ਤੇ ਕੀ ਕਰਨਗੇ ਪਾ ਦਿੱਤਨ ਕਿਤਾ ਕੀ ਕਰਾਂਗੇ ਸਿਸਟਮ ਇੱਥੋਂ ਤੱਕ ਕੌਮੇ ਦਾ ਹੋਮੀ ਚੱਲਣਾ ਆਪਣਾ ਏ ਤੇ ਡੀ ਪਤਾ ਕਰਾਂਗੇ ਉਰੇ ਏ ਪੀ ਕਿਹਾ ਸੀ ਤਾਂ ਆਪਾਂ ਏ ਪੀ ਕੱਢ ਲਈ ਅਗਰ ਕੋਈ ਹੋਰ ਰਕਮ ਕਹੇ ਤੀ ਹੋਰ ਸੰਖਿਆ ਕਹੇ ਤੀ ਹੋਰ ਪਦ ਕਹਤਾ ਆਪਾਂ ਉਹ ਕੱਢ ਲਾਂਗੇ ਹੁਣ ਆਪਾਂ ਉਸ ਦੇ ਉਦਾਹਰਣ ਲੈ ਕੇ ਚੱਲਦੇ ਆ ਇੱਕ ਹੁਣ ਕੁਐਸਚਨ ਕੀ ਹੈ ਉਦਾਹਰਣ ਕੀ ਆਪਨੇ ਕੋਲੇ ਕਿਸੇ AP ਦਾ ਤੀਸਰਾ ਪਦ 15 ਅਤੇ 7ਵਾਂ ਪਦ 3 ਹੈ ਕਿਸੇ AP ਦਾ ਤੀਸਰਾ ਪਦ 15 ਅਤੇ 7ਵਾਂ ਪਦ 3 ਹੈ ਉਸ AP ਦਾ 17ਵਾਂ ਪਦ ਪਤਾ ਕਰੋ ਹੱਲ ਕੀ ਦਿੱਤਾ ਹੋਇਆ ਹੈ ਪਹਿਲਾਂ ਜੋ ਦਿੱਤਾ ਹੋਇਆ ਉਹਨੂੰ ਹੱਲ ਕਰੋ ਕਿਉਂਕਿ ਆਪਣਾ ਸਭ ਤੋਂ ਪਹਿਲਾ ਕੰਮ ਕੀ ਹੈ a ਤੇ d ਦਾ ਦੇਖੋ ap ਦੇ ਵਿੱਚ ਸਭ ਤੋਂ ਪਹਿਲਾ ਕੰਮ ਤੁਹਾਡਾ a ਤੇ d ਦਾ ਤੁਸੀਂ a ਤੇ d ਕੱਢਣਾ ਹੁਣ ਆਪਾਂ ਨੂੰ ਕੀ ਦਿੱਤਾ ਦੇਖੋ ਤੀਸਰਾ ਪਦ 15 ਸੱਤਵਾਂ ਪਦ 3 ਮੈਂ ਪਿਛਲੇ ਐਗਜ਼ਾਮਪਲ ਗੱਲ ਕੀਤੀ ਸੀ ਕਿ ਸੌਖਾ ਬਣਾ ਲੀ ਆਪਾਂ ਵੱਡਾ ਪੱਧਰ ਲੈ ਕੇ ਚੱਲਦੇ ਆ ਪਰ ਨਹੀਂ ਕੋਈ ਫਰਕ ਨਹੀਂ ਪੈਂਦਾ ਮੈਂ ਦੋਨੋਂ 베ਸ ਕਰੂੰਗਾ ਲਾਸਟ ਤਿੰਨ ਉਦਾਹਰਨਾਂ ਮੈਂ ਉਹਦੇ ਨਾਲ ਚੱਲਿਆ ਸੀ ਹੁਣ ਪਹਿਲਾਂ ਇਹਨੂੰ ਲੈ ਕੇ ਚੱਲਦਾ ਅਗਰ ਤੁਸੀਂ ਮੰਨ ਲਓ ਇੱਥੋਂ ਸ਼ੁਰੂ ਕਰ ਲਿਆ ਤਾਂ ਤੀਸਰੇ ਦਾ ਮਤਲਬ ਹੋ ਗਿਆ a 2d 7ਵੇਂ ਦਾ ਮਤਲਬ ਹੋ ਗਿਆ a 6d ਹੈਨਾ ਹੁਣ ਆਪਾਂ ਕੀ ਕਰਾਂਗੇ ਘਟਾਣ ਤੇ ਤੇ ਜਦੋਂ ਘਟਾਵਾਂਗੇ ਕੀ ਹੋਊਗਾ ਜੋ ਦੂਜੀ ਸਮੀਕਰਨ ਹੈ ਉਸ ਦੇ ਜਿਹੜੇ ਨਿਸ਼ਾਨ ਹੈ ਉਹ ਕੀ ਹੋ ਜਾਣਗੇ ਨਿਸ਼ਾਨ ਕੀ ਹੋ ਜਾਣਗੇ ਬਦਲ ਜਾਣਗੇ ਪਲੱਸ ਦਾ ਮਾਈਨਸ ਬਣ ਗਿਆ ਪਲੱਸ ਦਾ ਮਾਈਨਸ ਬਣ ਗਿਆ ਪਲੱਸ ਦਾ ਮਾਈਨਸ ਆ ਕੱਟ ਗਿਆ ਡੀ 2 ਪਲੱਸ ਦਾ ਹੁਣ ਇਹਨੂੰ ਆਪਾਂ ਕਾਊਂਟ ਕਰਦੇ ਨਿਸ਼ਾਨ ਨੂੰ 6 ਮਾਈਨਸ ਦਾ 4 ਕਾਹਦਾ ਹੋ ਗਿਆ ਮਾਈਨਸ ਦਾ 15 ਚੋਂ 3 ਘਟਾਏ 12 -4 ਦੀ d ਦੇ ਨਾਲ ਗੁਣਾ ਤਾਂ ਇੱਧਰ ਆ ਕੇ ਹੋ ਗਈ 1 4 3 12 9 ਆ ਲ ਗਿਆ ਤਾਂ d ਕਿੰਨਾ ਆ ਗਿਆ -3 d ਕਿੰਨਾ ਆ ਗਿਆ ਆਪਣੇ ਕੋਲੇ -3 ਹੁਣ ਕੀ ਕਰਾਂਗੇ ਆਪਾਂ ਕਿਸੇ ਵੀ ਇੱਕ ਸਮੀਕਰਨ ਚ ਭਰ ਦਾਂਗੇ ਆਪਾਂ ਇੱਕ ਚ ਭਰ ਰਹੇ ਹਾਂ ਸਮੀਕਰਨ 1 ਵਿੱਚ ਭਰਨ ਤੇ ਤਾਂ ਸਮੀਕਰਨ 1 ਕੀ ਆ ਆਪਣੇ ਕੋਲੇ a+2d ਬਰਾਬਰ ਹੈ 15 d ਦੀ ਥਾਂ ਤੇ ਆਪਣੇ ਕੋਲ ਕੀ ਆ ਗਈ ਇਹਦੀ ਕੀਮਤ -3 ਹੁਣ ਇਹਦੀ ਗੁਣਾ ਕਰਨੀ ਹੈ ਪਹਿਲਾਂ ਆਪਾਂ ਨਿਸ਼ਾਨਾ ਦੀ ਪਲੱਸ ਮਾਈਨਸ ਮਾਈਨਸ 2 3 6 6 ਇੱਧਰ ਗਿਆ ਕਾਦਾ ਹੋ ਗਿਆ ਪਲੱਸ ਦਾ ਕਿਉਂਕਿ ਮਾਈਨਸ ਹੈ ਉਧਰ 15 ਤੇ 6 21 ਦੇਖੋ ਆ ਤਾਂ ਬਣ ਗਿਆ ਪਿਛਲੇ ਐਗਜ਼ਾਮਪਲ ਫਰਕ ਕੀ ਸੀ ਉੱਥੇ ਲਿਖਿਆ ਹੋਇਆ ਸੀ ਏਪੀ ਪਤਾ ਕਰੋ ਇੱਥੇ ਲਿਖਤਾ 17ਵਾਂ ਪਦ ਪਤਾ ਕਰੋ ਤਾਂ 17ਵਾਂ ਪਦ ਬਰਾਬਰ ਕਿਦੇ ਬਰਾਬਰ ਹੈ ਏ ਪਲੱਸ 16d ਏ ਕਿੰਨਾ ਹੋ ਗਿਆ 21 21 ਹੋ ਗਿਆ ਨਾ d ਕਿੰਨਾ ਹੋ ਗਿਆ -3 ਇੱਥੇ ਲਿਖਾਂਗੇ ਪਲੱਸ ਮਾਈਨਸ ਮਾਈਨਸ 16 ਤੇ 48 ਦੋਨੋਂ ਨਿਸ਼ਾਨ ਅਲੱਗ-ਅਲੱਗ ਆ ਘਟਾ ਦਾ ਹੋ ਗਿਆ ਤੇ ਨਿਸ਼ਾਨ ਆ ਗਿਆ ਵੱਡੇ ਸੰਖਿਆ ਦਾ ਤਾਂ ਜਦੋਂ ਇਹਨੂੰ ਆਪਾਂ ਹੱਲ ਕੀਤਾ ਹੱਲ ਕਰਕੇ ਆਪਣੇ ਕੋਲ ਕਿੰਨਾ ਆ ਗਿਆ ਮਾਈਨਸ 27 ਆ ਗਿਆ ਆਪਾਂ ਇੱਕ ਐਗਜ਼ਾਮਪਲ ਹੋਰ ਲੈ ਰਹੇ ਆ ਇਹਦੇ ਨਾਲ ਦੀ ਜਿੱਥੇ ਕੀ ਕੀਤਾ ਇੱਕ ਪਦ ਪਤਾ ਕਰਨ ਨੂੰ ਕਹਤਾ ਕਨਸੈਪਟ ਉਹੀ ਚੱਲ ਰਿਹਾ ਆਪਣਾ ਕਿਸੇ AP ਦਾ 8ਵਾਂ ਪਦ 19 ਅਤੇ रवा पद उन्नति है उस एपी दा दचीव पद पता करो आपने क्वेश्चन आ गया अपनु की आप अठव पदरवा पद अठव पद।, पद उन्नी 13ਵਾਂ ਪਦ 29 ਹੁਣ ਤੱਕ ਦੇ ਉਦਾਹਰਨਾਂ ਚ ਕਲੀਅਰ ਹੋ ਗਿਆ ਚਾਹੇ ਪਹਿਲਾਂ ਇਹਨੂੰ ਲਈਏ ਚਾਹੇ ਪਹਿਲਾਂ ਇਹਨੂੰ ਲਈਏ ਕੋਈ ਫਰਕ ਨਹੀਂ ਪੈਂਦਾ ਫਰਕ ਸਿਰਫ ਪਲੱਸ ਜਾਂ ਮਾਈਨਸ ਦਾ ਪੈਂਦਾ ਆਨਸਰ ਘੁਮ ਕੇ ਉਹੀ ਆ ਜਾਂਦਾ ਆਪਣੇ ਕੋਲੇ 13ਵਾਂ ਪਦ a 12d 29 8ਵਾਂ a 7d 19 ਕੀ ਕਰਾਂਗੇ ਇੱਥੇ ਘਟਾਵਾਂਗੇ ਘਟਾਉਣ ਤੇ ਘਟਾਉਣ ਤੇ ਕੀ ਹੋਊਗਾ ਜੋ ਦੂਜੀ ਸਮੀਕਰਨ ਹੈ ਉਸ ਦੇ ਜਿਹੜੇ ਨਿਸ਼ਾਨ ਹੈ ਉਹ ਬਦਲ ਜਾਣਗੇ ਹੈਨਾ a ਪਲੱਸ ਦਾ ਮਾਈਨਸ ਹੋ ਜਾਉ a ਪਲੱਸ ਦਾ ਮਾਈਨਸ ਹੋ ਜਾਉ ਇਹ ਪਲੱਸ ਦਾ ਮਾਈਨਸ ਹੋ ਜਾਉ ਆ ਕੱਟ ਗਿਆ ਪਲੱਸ 12 7 5d 29 19 10 10 5 ਤਾਂ d ਕਿੰਨਾ ਆ ਗਿਆ 2 ਇਸ ਤੋਂ ਬਾਅਦ ਇੱਕ ਸਮੀਕਰਨ ਚ ਭਰਾਂਗੇ समीकरण एक भरणते हम पहली समीकरण की है अपने को प्लस बारह डी बराबर है उन्नती डी आ गया दो बार दूनी चौबी चौवी, चौवी अंदर आके कहदा हो गया माइनस का उन्नती चौ चौबी कटाए पांच ਆਪਾਂ ਕਿਹੜਾ ਪਦ ਪਤਾ ਕਰਨਾ ਹੈ 25ਵਾਂ ਹੁਣ 25ਵੇਂ ਪਦ ਦਾ ਕੀ ਫਾਰਮੂਲਾ ਹੈ a 24d a ਹੋ ਗਿਆ 5 d ਹੋ ਗਿਆ 2 d ਦੀ ਥਾਂ ਤੇ d 24 2 48 48 5 53 ਤਾਂ ਇਹ ਹੋ ਗਿਆ ap ਦਾ concept ਜਿੱਥੇ ਆਪਾਂ ਨੂੰ ਦੋ ਪਦ ਦਿੱਤੇ ਹੋਏ ਨੇ ਤਾਂ ਆਪਾਂ ਪਰਟਿਕੂਲਰ ਪਦ ਪਤਾ ਕਰਨਾ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਉੰਝੜੀ ਇਸ ਤੋਂ ਬਾਅਦ ਗੱਲ ਕਰਨੀ ਹੈ ਆਪਾਂ ਨੂੰ ਕੀ ਦਿੱਤਾ ਹੋਣਾ ਖਾਲੀ ਥਾਂਮਾਂ ਚ ਰੂਪ ਦਿੱਤੇ ਹੋਇਆ ਆਪਾਂ ਨੂੰ ਦੇਖੋ ਕਿਵੇਂ 13 ਆਈਕੇਪੀ ਦਿੱਤੀ ਹੁਣ ਏਪੀ ਦੇ ਵਿੱਚ ਚਾਰ ਸੰਖਿਆਵਾਂ ਨੇ ਚਾਰ ਰਕਮਾਂ ਨੇ ਪਹਿਲਾ ਪਦ ਦੂਸਰਾ ਪਦ ਤੀਸਰਾ ਪਦ ਤੇ ਚੌਥਾ ਪਦ ਚਾਰ ਪਦ ਦਿੱਤੇ ਹੋਏ ਨੇ ਤੇ ਅਸਲ ਦੇ ਵਿੱਚ ਦੇਖੋ ਆਪਾਂ ਨੂੰ ਕੀ ਦਿੱਤਾ ਦੂਸਰਾ ਤੇ ਚੌਥਾ ਦਿੱਤਾ ਹੁਣ ਆਪਾਂ ਜੇ ਇਹਨੂੰ ਕੁਐਸਚਨ ਬਣਾਉਣਾ ਹੋਵੇ ਆਪਾਂ ਕੀ ਕੁਐਸਚਨ ਬਣਾ ਸਕਦੇ ਆ ਕਿਸੇ ਏਪੀ ਦਾ ਦੂਸਰਾ ਪਦ 13 ਅਤੇ ਚੌਥਾ ਪਦ 3 ਹੈ ਤਾਂ ਉਸੇਪੀ ਦਾ ਪਹਿਲਾ ਅਤੇ ਤੀਸਰਾ ਪਦ ਪਤਾ ਕਰੋ ਹੈਨਾ ਆਹੀ ਬਣੂਗਾ ਨਾ ਦੇਖੋ ਧਿਆਨ ਨਾਲ ਅਗਰ ਮੈਂ ਇਹਨੂੰ ਕਥਨਾਂ ਦੇ ਰੂਪ ਵਿੱਚ ਲਿਖੂਗਾ ਤਾਂ ਆਪਣੇ ਕੋਲ ਇੱਕ ਦੇਖੋ ਕਨਸੈਪਟ ਉਹੀ ਹੈ ਇੱਥੇ ਲਿਖਦਾ ਖਾਲੀ ਥਾਵਾਂ ਭਰੋ ਏਪੀ ਆਪਾਂ ਦੇ ਰੱਖੀ ਹੈ ਇੱਥੇ ਆਪਾਂ ਨੂੰ ਇਹਨਾਂ ਨੇ ਕਥਨਾਂ ਦੇ ਵਿੱਚ ਦਿੱਤਾ ਸਿਰਫ ਆ ਫਰਕ ਹੈ ਕਨਸੈਪਟ ਉੱਥੇ ਚੱਲ ਰਿਹਾ ਆਪਣਾ ਹੱਲ ਕੀ ਕੀ ਦਿੱਤਾ ਹੈ ਦੂਸਰਾ ਪਦ 13 चौथा पद तीन हूँ दूसरा पद हो गया ए प्लस डी चौथा हो गया ए प्लस तीन डी की करावे बिल्कुल तो जो घटावे की हो जाना निशान बदल जाने तीनों माइनस दे हो गए इतने कोई भी संख्या नहीं हैगीी तो अगे यहाँ मतलब की हो गया एक d ओंमे ਦਾ ओंमे 1 3 2 13 ਚੋਂ 3 ਘਟਾਏ 10 ਇਹਦੇ d ਨਾਲ ਗੁਨੇ 2 1 2 2 5 10 ਤਾਂ ਆਪਣੇ ਕੋਲੇ d ਕਿੰਨਾ ਆ ਗਿਆ -5 ਇਸ ਤੋਂ ਬਾਅਦ ਕੀ ਕਰਦੇ ਸੀ ਕਨਸੈਪਟ ਮੈਂ ਉਹੀ ਲੈ ਕੇ ਚੱਲ ਰਿਹਾ ਦੇਖੋ ਕੁਝ ਚੇਂਜ ਨਹੀਂ ਕਰ ਰਿਹਾ ਸਮੀਕਰਨ ਇੱਕ ਵਿੱਚ ਪਰੰਤ ਹੈ ਸਮੀਕਰਨ ਇੱਕ ਹੈ a+d ਬਰਾਬਰ ਹੈ 13 d ਕਿੰਨਾ ਆ ਗਿਆ -5 a+ -5 ਬਰਾਬਰ ਹੈ 13 ਹੁਣ ਮਾਈਨਸ ਸੱਜੇ ਪਾਸੇ ਆਇਆ ਕਾਹਦਾ ਹੋ ਗਿਆ ਪਲਸ ਦਾ ਤਾਂ a 18 ਆ ਗਿਆ ਪਹਿਲਾ ਪਦ ਕਿੰਨਾ ਆ ਗਿਆ 18 ਹੋਰ ਕਿਹੜਾ ਪਤਾ ਕਰਨਾ ਹੈ ਆਪਾਂ ਤੀਸਰਾ ਪਦ ਹੁਣ ਤੀਸਰੇ ਪਦ ਦਾ ਕੀ ਫਾਰਮੂਲਾ ਹੈ a+2d a 18 d ਆਪਣੇ ਕੋਲੇ ਕਿੰਨਾ -5 plus, minus, minus -2 5 10 18 ਚੋਂ 10 ਘਟਾਏ 8 ਤਾਂ ਆਪਣੇ ਕੋਲੇ ਤੀਸਰਾ ਪਦ ਕਿੰਨਾ ਆ ਗਿਆ 8 ਆ ਗਿਆ ਦੇਖੋ ਫਰਕ ਹੀ ਆ ਕੁਐਸਚਨ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਸਿਰਫ ਉਹਨਾਂ ਨੇ ਕੀ ਕਰਤਾ ਇਹਨੂੰ ਇੱਕ ਲੜੀ ਦੇ ਰੂਪ ਵਿੱਚ ਦੇਤਾ ਤੇ ਉੱਥੇ ਕੀ ਕੀਤਾ ਹੋਇਆ ਉੱਥੇ ਜਿਵੇਂ ਆਪਾਂ ਪਹਿਲਾ ਕਥਨ ਕਿਤੇ ਨੇ ਜਿਵੇਂ ਆਪਾਂ ਪਹਿਲਾ ਕਥਨ ਕਿਤੇ ਨੇ ਹੁਣ ਓਵੇਂ ਗੱਲ ਕਰਦੇ ਆਂ ਕੁਝ ਖੋਰ ਉਦਾਹਰਨਾਂ ਆਪਾਂ ਲੈ ਕੇ ਚੱਲਦੇ ਆਂ ਇੱਥੇ ਹੁਣ ਆਪਣੇ ਕੋਲ ਇੱਕ ਕੁਸ਼ਣ ਨਿਕਤ ਨਾਲੇ ਦੇਖੋ ਇਹਦੇ ਵਿੱਚ ਸਿਰਫ ਸਟੇਟਮੈਂਟ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੈ ਕੁਸ਼ਣ ਹੈ ਇੱਕ ਕਿਸੇ ਏਪੀ ਦਾ 17ਵਾਂ ਪਦ 10ਵੇਂ ਪਦ ਤੋਂ 7 ਵੱਧ ਹੈ झा अंतर पता करो स्टेटमेंट देखो बिल्कुल आराम कथनों हाँ से पहला मैं इसे भाषा च लिख रहा कतारवा पद कि बराबर है दसवें पद तो सत है ना तो यह मतलब हो गया दसवें पद ਪਲੱਸ 7 ਹੋ ਗਿਆ ਨਾ ਹੈਨਾ ਦੇਖੋ ਧਿਆਨ ਨਾਲ ਅਗਰ ਆਪਾਂ ਸਟੇਟਮੈਂਟ ਦੇ ਹਿਸਾਬ ਨਾਲ ਚੱਲਾਂਗੇ ਇਹੀ ਲਿਖਿਆ ਨਾ ਕਿ 17ਵਾਂ ਪਦ ਕਿਹਦੇ ਬਰਾਬਰ ਆ ਗਿਆ 10ਵਾਂ 7 ਬਸ ਉਹਨ ਕੀਮਤਾ ਪੜਨੀ ਹੈ 17ਵਾਂ ਹੋ ਗਿਆ a 16d 10ਵਾਂ ਹੋ ਗਿਆ a 9d ਕਿਹਦੇ ਬਰਾਬਰ ਹੋ ਗਿਆ 7 ਇਹ ਇਧਰ ਲਈ ਸਾਈਡ ਲੈ ਕੇ ਆਓ a ਇਧਰ ਆ ਗਿਆ ਮਾਈਨਸ ਦਾ 9 ਇਧਰ ਆ ਗਿਆ ਮਾਈਨਸ ਦਾ ਕਿਹਦੇ ਬਰਾਬਰ ਹੈ 7 a ਨਾਲ a ਕੱਟ ਗਿਆ 16 9 7d ਬਰਾਬਰ ਹੈ 7 ਤੇ d ਕਿੰਨਾ ਆ ਗਿਆ 7 ਵਟੇ 7 1 ਤਾਂ ਫਿਰ d ਦੀ ਕੀਮਤ ਕਿੰਨੀ ਆ ਗਈ 1 ਆਪਾਂ ਜੋ ਪਤਾ ਕਰਨਾ ਹੈ ਉਹ ਆਪਣਾ ਕੀ ਹੋ ਗਿਆ ਸਾਂਝਾ ਅੰਤਰ ਤਾਂ ਦੇਖੋ ਕੁਐਸਚਨ 'ਚ ਮੈਂ ਸਿਰਫ ਇੱਕੋ ਗੱਲ ਸਮਝਾ ਰਿਹਾ ਤੁਸੀਂ ਕਥਨਾਂ ਨੂੰ ਸਟੇਟਮੈਂਟਾਂ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੈ ਅੱਗੇ ਕੁਐਸਚਨ ਆ ਗਿਆ ਜੇ ਕਿਸੇ AP ਦਾ ਆਮ ਪਦ ਅੱਪਾ ਗੱਲ ਕੀਤੀ ਹੋਈ ਆਮ ਪਦ ਕਿਹੜਾ ਹੁੰਦਾ ਐਨਵਾਂ ਪਦ 2n 3 ਹੈ ਤਾਂ AP ਪਤਾ ਕਰੋ ਅਗਤਾ ਹੋਇਆ ਐਨਵਾਂ ਪਦ ਆਪਾਂ ਨੂੰ ਦਿੱਤਾ ਹੈ ਐਨਵਾਂ ਪਦ ਬਰਾਬਰ ਹੈ 2n 3 ਐਨਵੇਂ ਦਾ ਮਤਲਬ ਇਹ ਕੋਈ ਵੀ ਹੋ ਸਕਦਾ ਹੈ ਮਤਲਬ ਅਗਰ ਆਪਾਂ ਐਨ ਨੂੰ ਇੱਕ ਭਰ ਦਾਂਗੇ ਤਾਂ ਇਹ ਪਹਿਲਾ ਬਣ ਜਾਊ n ਨੂੰ 2 ਭਰ ਦਾਂਗੇ ਦੂਜਾ ਬਣਜੂ n ਨੂੰ 3 ਭਰ ਦਾਂਗੇ ਤੀਜਾ ਬਣਜੂ n ਨੂੰ 4 ਭਰ ਦਾਂਗੇ ਚੌਥਾ ਬਣਜੂ ਤਾਂ ਪਹਿਲਾਂ n ਬਰਾਬਰ ਹੈ 1 ਜਦੋਂ 1 ਪਿੱਤਾ ਇਹ ਪਹਿਲਾ ਪਦ ਤਾਂ ਜਿੱਥੇ n ਹੈ ਉਹਦੀ ਥਾਂ ਤੇ ਆਪਣੇ ਕੋਲ 1 ਆ ਗਿਆ 2 1 2 2 3 5 ਹੁਣ n ਨੂੰ 2 ਭਰਿਆ ਤਾਂ ਕਿਹੜਾ ਪਦ ਬਣ ਗਿਆ ਇਹ ਦੂਸਰਾ ਪਦ ਜਿੱਥੇ n ਹੈ ਉਥੇ 2 ਆ ਗਿਆ 2*2=4 4+3=7 n ਨੂੰ 3 ਭਰਿਆ a ਕੀ ਬਣ ਗਿਆ ਤੀਸਰਾ ਪਦ 2 ਬ੍ਰੈਕਟ ਜਿੱਥੇ n ਉਹਦੀ ਥਾਂ ਤੇ ਕਿੰਨਾ ਆ ਗਿਆ 3 2*3=6+3 ਬਰਾਬਰ 9 ਹੁਣ ਦੇਖੋ ਪਹਿਲੇ ਤਿੰਨ ਪਦ ਆਪਣੇ ਕੋਲੇ ਆ ਗਏ ਤਾਂ ਇਹਦਾ ਮਤਲਬ a ਕੀ ਬਣ ਗਈ ਆਪਣੇ ਕੋਲੇ ap ਬਣ ਗਈ ਤਾਂ ap ਕੀ ਬਣ ਗਈ 5 7 9 ਅੱਗੇ ਪਤਾ ਕਰਨਾ ਕਰ ਲਓ ਇੱਥੇ ਇੱਕ ਚੀਜ਼ ਮੈਂ ਪਹਿਲੇ ਲੈਕਚਰਸ ਗੱਲ ਕੀਤੀ ਸੀ ਮੈਂ ਥੋੜਾ ਦਾ ਉਸ ਨੂੰ ਰਿਪੀਟ ਕਰ ਰਿਹਾ ਨਵੇਂ ਪਦ ਦਾ ਵਿੱਚ n ਦਾ ਜਿਹੜਾ ਗੁਨਾਕ ਹੁੰਦਾ ਹੈ ਉਹ ਅੰਤਰ ਹੁੰਦਾ ਹੈ ਹੈਨਾ ਇੱਥੇ n ਦਾ ਗੁਨਾਕ 2 ਹੈ ਤਾਂ ਨਾਲ ਦੇਖੋ ਫਿਰ APG ਅੰਤਰ ਕਿੰਨਾ ਹੈ 2 2 ਦਾ ਹੈ ਇਹਦੀ ਖਾਸੀਅਤ ਹੈ ਜੋ n ਦਾ ਗੁਨਾਕ ਹੁੰਦਾ ਹੈ ਉਹ ਕੀ ਹੁੰਦਾ ਹੈ ਉਹ ਅਸਲ ਦੇ ਵਿੱਚ ਇਹਦਾ ਕੀ ਹੁੰਦਾ ਹੈ ਅੰਤਰ ਹੁੰਦਾ ਹੈ ਆਪਾਂ ਇਹ ਇੱਕ ਦੋ ਦਾਰਨਾ ਹੋਰ ਲੈ ਕੇ ਚੱਲਦੇ ਆਂ ਸਿਰਫ ਮੈਂ ਐਨਵਾਂ ਪਦ ਬਦਲ ਰਿਹਾ ਕਿਸੇ ਏਪੀ ਦਾ ਆਮ ਪਦ ਜਾਂ ਐਨਵਾਂ ਪਦ 5 3n ਹੈ ਤਾਂ ਏਪੀ ਪਤਾ ਕਰੋ ਹੱਲ ਐਨਵਾਂ ਪਦ 5 3n ਤਾਂ ਜਿੱਥੇ-ਜਿੱਥੇ ਐਨ ਹੈ ਉੱਥੇ ਆਪਾਂ 1 2 3 ਭਰ ਦਾਂਗੇ n ਨੂੰ 1 ਭਰਿਆ ਪਹਿਲਾ ਪਦ ਬਣ ਗਿਆ ਤਾਂ ਜਿੱਥੇ n ਇੱਕ ਭਰਿਆ ਗਿਆ 3 3 503 ਘਟਾਏ 2 n ਨੂੰ 2 ਭਰਿਆ ਦੂਸਰਾ ਪਦ 3 2 6 ਨਿਸ਼ਾਨ ਅਲੱਗ-ਅਲੱਗ ਹੈ ਘਟਾਹ ਹੋ ਗਿਆ ਨਿਸ਼ਾਨ ਵੱਡੀ ਸੰਖਿਆ ਦਾ n 3 ਤੀਸਰਾ ਪਦ p y o t y o 9 ਹੱਲ ਕਰਕੇ -4 ਤਾਂ ਪਹਿਲਾ ਪਦ ਦੂਸਰਾ ਪਦ ਤੀਸਰਾ ਪਦ ਅਪ ਟੂ ਸੋ ਓਨ ਇਹ ਆਪਣੇ ਕੋਲੇ ਕੀ ਬਣ ਗਈ ਏਪੀ ਬਣ ਗਈ ਕੀ ਬਣ ਗਈ ਆਪਣੇ ਕੋਲੇ ਏਪੀ ਬਣ ਗਈ ਇੱਕ ਨੈਕਸਟ ਉਦਾਹਰਣ ਲੈ ਕੇ ਚੱਲ ਰਹੇ ਆ ਬੜੀ ਇੰਟਰਸਟਿੰਗ ਉਦਾਹਰਣ ਹੈ ਜੀਜ ਕੁਐਸਚਨ ਨੂੰ ਥੋੜਾ ਜਿਹਾ ਨੇ ਟੈਕਨੀਕਲ ਬਣਾਇਆ ਗਿਆ ਕੀ ਕਹਿੰਦਾ ਕੁਐਸਚਨ ਕਿਸੇ ਏਪੀ ਵਿੱਚ 50 ਪਦ ਹਨ ਕਿਸੇ AP ਵਿੱਚ 50 ਪਦ ਹਨ ਜਿਸ ਦਾ ਤੀਸਰਾ ਪਦ 12 ਜਿਸ ਦਾ ਤੀਸਰਾ ਪਦ 12 ਅਤੇ ਅੰਤਿਮ ਪਦ 106 ਹੈ AP ਪਤਾ ਕਰੋ ਦੇਖੋ ਕੁਸ਼ਚਨ ਨੂੰ ਕੀ ਕੀਤਾ ਗਿਆ ਸਿਰਫ ਕਨਫਿਊਜ਼ਨ ਵਾਲਾ ਕੀਤਾ ਗਿਆ ਹੈ ਕਹਿੰਦੇ 50 ਪਦ ਨੇ ਟੋਟਲ ਠੀਕ ਹੈ ਤੀਜਾ ਪਦ ਦਿੱਤਾ ਤੇ ਅੰਤਿਮ ਪਦ ਦਿੱਤਾ ਜਦੋਂ ਟੋਟਲ 50 ਸੰਖਿਆਵਾਂ ਨੇ ਉੱਥੇ 50 ਪਦ ਨੇ ਤਾਂ ਅੰਤਿਮ ਬੰਦਾ ਤੁਹਾਡੇ ਕਲਾਸ 50 ਵਿਦਿਆਰਥੀ ਨੇ ਤਾਂ ਖੇਰਲਾ ਰੋਲ ਨੰਬਰ ਕਿੰਨਾ ਹੋਊਗਾ ਪੰਜਾਹਾਂਾ ਹੋਊਗਾ ਹੈਨਾ 50th ਹੋਊਗਾ ਨਾ ਸੇਮ ਚੀਜ਼ ਆ ਗਈ ਅੰਤਿਮ ਪਦ ਤੀਸਰਾ ਪਦ ਕਿੰਨਾ ਹੋ ਗਿਆ 12 ਅੰਤਿਮ ਪੰਦਾ ਮਤਲਬ ਹੁਣ ਇੱਥੇ ਕਿੰਨਾ ਹੋਗਾ ਕਿਉਂਕਿ 50 ਰਕਮ ਹੈ 50th 106 ਪਿਛਲਾ ਕੁਸ਼ਣ ਬਣ ਗਿਆ ਨਾ ਹੁਣ ਤੀਸਰਾ ਪਦ ਹੋ ਗਿਆ a plus 2d 12 ਪੰਜਵਾਂ ਹੋ ਗਿਆ 40d 49d 106 ਕੀ ਕਰਾਂਗੇ ਘਟਾਵਾਂਗੇ ਘਟਾ ਕੇ ਨਿਸ਼ਾਨ ਕੀ ਹੋ ਜਾਂਦਾ ਹੈ ਬਦਲ ਜਾਂਦਾ ਹੈ 2 49 47 12 106 94 ਤਾਂ d ਆ ਗਿਆ -94 -47 d ਕਿੰਨਾ ਆ ਗਿਆ ਹੱਲ ਕਰਕੇ 2 ਆ ਗਿਆ ਤਾਂ d ਕਿੰਨਾ ਆ ਗਿਆ 2 ਸਮੀਕਰਨ ਇੱਕ ਵਿੱਚ ਭਰਨ ਤੇ ਤਾਂ ਪਹਿਲੀ ਸਮੀਕਰਨ ਕੀ ਹੈ ਆਪਣੇ ਕੋਲੇ a 2d 12 d ਕਿੰਨਾ ਹੈ ਆਪਣੇ ਕੋਲੇ 2 2 2 4 a 4 12 4 ਉਧਰ ਗਿਆ ਕਾਦਾ ਹੋ ਗਿਆ ਮਾਈਨਸ ਦਾ ਤਾਂ ਦੇਖੋ ਪਹਿਲੀ ਰਕਮ ਆ ਗਈ 8 ਦੂਸਰਾ ਪਦ ਆਪਣੇ ਕੋਲ ਕਿੰਨਾ ਬਣ ਗਿਆ ਜੋ ਅੰਤਰ ਹੈ ਅੰਤਰ ਕਿੰਨਾ ਆ ਗਿਆ ਆਪਣੇ ਕੋਲੇ 2 ਆ ਗਿਆ ਤਾਂ ਫਿਰ AP ਕੀ ਬੰਨੀ ਹੈ ਪਹਿਲੀ ਰਕਮ ਪਹਿਲੀ ਰਕਮ ਵਿੱਚ ਅੰਤਰ ਜੋੜਿਆ 8 ਤੇ 2 10 ਫਿਰ ਅੰਤਰ ਜੋੜਿਆ 12 ਅਪ ਟੂ ਸੋਨ ਤਾਂ ਜੋ AP ਹੈ ਆਪਣੇ ਕੋਲ AP ਕਿੰਨੀ ਬਣ ਗਈ 8 10 ਤੇ 12 ਬਣ ਗਈ ਤਾਂ ਇਹ ਹੋ ਗਿਆ ਆਪਣਾ ਟਾਪਿਕ AP ਦਾ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਤਾਂ ਇਹ ਸੀ ਆਪਣੇ ਕੋਲੇ AP ਦੇ ਕੁਐਸਚਨ ਜਿੱਥੇ ਆਪਾਂ ਗੱਲ ਕੀਤੀ ਹੈ ਆਪਣੇ ਕੋਲੇ ਕੋਈ ਪਾਰਟਿਕੂਲਰ ਰਕਮ ਦਿੱਤੀਆਂ ਹੋਈਆਂ ਪਦ ਦਿੱਤੇ ਹੋਏ ਨੇ ਆਪਾਂ AP ਬਾਰੇ ਕੀ ਗੱਲ ਕੀਤੀ ਚਰਚਾ ਕੀਤੀ ਤੇ ਆਪਾਂ AP ਪਤਾ ਕੀਤਾ ਜਾਂ ਕੋਈ ਪਾਰਟਿਕੂਲਰ ਰਕਮ ਦੀ ਗੱਲ ਕੀਤੀ